ਕਿ ਮੇਰੀ ਹੈ ਤੂੰ ਮੇਰੀ ਰਹਿਣਾ ਸੀ ਸੋਣੀਏ ਵੀ ਸਭ ਤੇਰੇ। ਸੋ ਹੈ ਗਾਇਸ, ਕੀ ਹਾਲ ਚਾਲ, ਸਭ ਤੋਂ ਸਾਰੇ ਵਧੀਆ ਹੋਵੋਗੇ। ਅਰਜਨ ਢਿੱਲੋਂ ਵਰਸਿਸ ਦੇਵ ਰੂਪਾਣਾ ਰਿਪਲਾਈਜ਼ ਹੋਏ ਆਪਸ ਦੇ ਵਿੱਚ, ਕਹਿੰਦੇ ਬਾਬਾ ਗਾਣਾ ਦੇਵ ਬਾਈ ਹੋਰੀ ਕਹਿੰਦੇ ਆ ਕਿ ਸਾਡਾ ਆ ਅਤੇ ਅਰਜਨ ਨੇ ਕਾਪੀ ਕੀਤਾ, ਠੀਕ ਹੈ। ਅਤੇ ਵਿੱਚ ਕੋਈ ਸਿੱਧੂ ਮੂਸੇਵਾਲਾ ਵਰਸਿਸ ਕਰਨ ਔਜਲਾ ਦੀ ਵੀ ਕੋਈ ਕੋਪੀਰਾਈਟ ਹੋ, ਕੋਈ ਕਾਪੀ ਦਾ ਕੋਈ ਲਾਈਕ ਕੰਟਰੋਵਰਸੀ ਹੋਈ ਆ, ਬਸ ਜੈਕਟ ਕੀ ਸੀ ਨਾ। ਢਿੱਲੋਂ ਬਾਈ ਦੀ ਇੱਕ ਨਵੀਂ ਐਲਬਮ ਆਈ ਹੈ ਜਿਹਦੇ ਵਿੱਚ ਇੱਕ ਬਾਬਾ ਨਾਮ ਦਾ ਗਾਣਾ ਹੈ, ਅਤੇ ਜੇ ਮੈਂ ਕਹਾਂ ਕਿ ਅਰਜਨ ਢਿੱਲੋਂ ਬਾਈ ਨੇ ਇਹ ਗਾਣਾ ਕਾਪੀ ਕੀਤਾ ਕਿਸੇ ਹੋਰ ਗਾਣੇ ਤੋਂ, ਸ਼ਾਇਦ ਤੁਸੀਂ ਮੇਰੀ ਇਸ ਗੱਲ 'ਤੇ ਯਕੀਨ ਨਹੀਂ ਕਰੋਗੇ, ਨਾਲ ਹੀ ਮੈਨੂੰ ਕਮੈਂਟਾਂ ਦੇ ਵਿੱਚ ਗਲਤ ਵੀ ਬੋਲੋਗੇ ਕਿ ਅਰਜਨ ਢਿੱਲੋਂ ਬਾਈ ਨੇ ਗਾਣਾ ਕਾਪੀ ਕੀਤਾ ਜਾਂ ਚੋਰੀ ਕੀਤਾ ਜਾਂ ਆਪ ਹੀ ਲਿਖਿਆ। ਪਰ ਇਸ ਗਾਣੇ ਤੋਂ ਪਹਿਲਾਂ ਵੀ ਇੱਦਾਂ ਦਾ ਇੱਕ ਗਾਣਾ ਆ ਚੁੱਕਿਆ। ਮੈਂ ਇਹਨਾਂ ਦੋਨਾਂ ਗਾਣਿਆਂ ਦੇ ਲਿਰਿਕਸ ਸਮਝਾਉਂਗਾ ਤੁਹਾਨੂੰ, ਇਸ ਦੇ ਨਾਲ ਹੀ ਇਹਨਾਂ ਗਾਣਿਆਂ ਦੇ ਨਾਲ ਜੁੜੀਆਂ ਹੋਈਆਂ ਕੰਟਰੋਵਰਸੀਜ਼ ਦੇ ਬਾਰੇ ਵੀ ਦੱਸੂਗਾ। ਅਰਜਨ ਢਿੱਲੋਂ ਹੋਰਾਂ ਨੇ ਤੁਹਾਡਾ ਗਾਣਾ ਕਾਪੀ ਕੀਤਾ ਜਾਂ ਚੋਰੀ ਕੀਤਾ? ਇਹ ਵਾਲੀ ਵੀਡੀਓ ਤੁਸੀਂ ਪੂਰੀ ਦੇਖ ਕੇ ਸਮਝ ਕੇ ਕਮੈਂਟ ਕਰਿਓ ਕੀ ਇਹ ਗਾਣਾ ਅਰਜਨ ਢਿੱਲੋਂ ਬਾਈ ਨੇ ਸੱਚੀਓਂ ਕਾਪੀ ਕੀਤਾ ਜਾਂ ਫਿਰ ਉਹਨਾਂ ਨੇ ਖੁਦ ਹੀ ਲਿਖਿਆ। ਗਾਣਾ ਪੂਰਾ ਹੀ ਆਪਣੇ ਗਾਣੇ ਦੇ ਨਾਲ ਮੈਚ ਕਰ ਰਿਹਾ, ਹੁਣ ਕੋਈ ਫੇਮ ਲੈਣ ਦਾ ਚੱਕਰ ਹੈ ਨਹੀਂ। ਦੇਖੋ ਅਰਜਨ ਢਿੱਲੋਂ ਬਾਈ ਦੇ, ਵੈਸੇ ਜੇ ਆਪਾਂ ਗੱਲ ਕਰੀਏ ਕਿ ਜਸਟ ਜੇ, ਵੈਸੇ ਮੈਂ ਗਾਣਾ ਸੁਣਿਆ ਨਹੀਂ ਬਾਈ ਹੋਰਾਂ ਵਾਲਾ, ਅਤੇ ਅੱਗੇ ਜਾ ਕੇ ਚਲੋ ਆਪਾਂ ਨੂੰ ਸੁੱਖ ਚੰਗੀ ਤਰ੍ਹਾਂ ਗੱਲ ਦੱਸੂਗਾ ਸਾਰੀ। ਅਤੇ ਜੇ ਗੱਲ ਹੋਈ ਨਾ ਲਾਈਕ ਜਿਵੇਂ ਕਿ ਇਕੱਲੀ ਹੁੱਕ ਲਾਈਨ ਆ ਕਿ ਬਾਬਾ ਬਣ ਜਾਵਾਂ ਇੱਦਾਂ ਕਰਕੇ ਕੁਛ, ਇਹ ਆਪਾਂ ਕਾਪੀ ਨਹੀਂ ਕਰ ਸਕਦੇ। ਇਹ ਚੀਜ਼ ਤਾਂ ਸ਼ਾਇਦ ਬਹੁਤ ਟਾਈਮ ਪਹਿਲਾਂ ਦੀ ਕਈ ਗਾਣਿਆਂ ਦੇ ਵਿੱਚ ਯੂਜ਼ ਹੋ ਚੁੱਕੀ ਹੈ ਨਾ, ਜਾਂ ਜੇ ਹੁੱਕ ਲਾਈਨ ਦੇ ਤਰੀਕੇ ਨਾਲ ਨਾ ਸਹੀ ਬਟ ਨੋਰਮਲ ਲਾਈਨ ਦੇ ਤਰੀਕੇ ਨਾਲ ਵੀ ਹੋ ਚੁੱਕੀ ਹੈ। ਇਹ ਤਾਂ ਮੈਂ ਲਾਈਕ ਖੁਦ ਕਈ ਗਾਣੇ ਐਸੇ ਸੁਣੇ ਨੇ ਜਿਹਨਾਂ ਵਿੱਚ ਬਾਬਾ ਬਣ ਜਾਵਾਂ ਇੱਦਾਂ ਦੀਆਂ ਕੋਈ ਲਾਈਨਾਂ ਹੈਗੀਆਂ। ਇੱਕੋ ਦਿਨ ਦੇ ਵਿੱਚ ਕਾਫੀ ਸਾਰੇ ਗਾਣੇ ਲੀਕ ਹੋ ਗਏ ਸੀ, ਕਿਸੇ ਨੇ ਮੈਨੀਫੈਸਟ ਨਾਮ ਰੱਖਤਾ ਸੀ ਇਸ ਐਲਬਮ ਦਾ। ਅਰਜਨ ਢਿੱਲੋਂ ਨੇ ਸਟੋਰੀ ਲਾ ਕੇ ਇਹ ਕਿਹਾ ਸੀ ਕਿ ਇਹ ਜਿਹੜੇ ਵੀ ਗਾਣੇ ਲੀਕ ਹੋਏ ਨੇ ਉਹ ਮੇਰੇ ਪਿਛਲੀਆਂ ਐਲਬਮ ਦੇ ਵਿੱਚੋਂ ਕੱਢੇ ਹੋਏ ਗਾਣੇ ਨੇ। ਅਰਜਨ ਢਿੱਲੋਂ ਬਾਈ ਨੇ ਕਿਹਾ ਕਿ ਇਹਨੂੰ ਹੁਣ ਐਲਬਮ ਦਾ ਨਾਮ ਤਾਂ ਮਿਲ ਹੀ ਗਿਆ ਅਤੇ ਇਹਨੂੰ ਹੁਣ ਆਫੀਸ਼ੀਅਲੀ ਰਿਲੀਜ਼ ਵੀ ਕਰ ਦੇਵਾਂ। ਫਿਰ ਮੈਨੀਫੈਸਟ ਨਾਮ ਤੋਂ ਹੀ ਇਹ ਐਲਬਮ ਰਿਲੀਜ਼ ਕੀਤੀ ਜਿਹਦੇ ਵਿੱਚ ਇਹ ਗਾਣਾ ਸੀ ਬਾਬਾ। ਅਰਜਨ ਢਿੱਲੋਂ ਬਾਈ ਇਸ ਗਾਣੇ ਦੇ ਵਿੱਚ ਇਹ ਕਹਿੰਦੇ ਨੇ ਕਿ ਮੇਰਾ ਦਿਲ ਕਰਦਾ ਕਿ ਮੈਂ ਬਾਬਾ ਬਣ ਜਾਵਾਂ, ਜਿਵੇਂ ਕਿ ਅੱਜ ਕੱਲ੍ਹ ਨਵੇਂ ਮਾਡਰਨ ਬਾਬੇ ਆ ਗਏ ਜਿਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਵੀ ਬਹੁਤ ਚੜ੍ਹਾਈ ਹੈ। ਜਿਹੜੇ ਗਾਣੇ ਦੇ ਬਾਰੇ ਮੈਂ ਗੱਲ ਕਰ, ਮਤਲਬ ਉਹ ਆਨਲਾਈਨ ਕਾਲ 'ਤੇ ਗਾਈਜ਼, ਉਹ ਕਹਿੰਦੇ ਕਿ ਅਸੀਂ ਸਭ ਕੁਝ ਠੀਕ ਕਰ ਦਾਂਗੇ ਤੁਹਾਡਾ, ਰਿਹਾ ਸੀ ਕਿ ਇਸ ਤੋਂ ਪਹਿਲਾਂ ਰਿਲੀਜ਼ ਹੋ ਚੁੱਕਿਆ। ਉਸ ਗਾਣੇ ਦਾ ਨਾਮ ਵੀ ਹੈ ਕਿ ਮੈਂ ਬਾਬਾ ਬਣਨਾ, ਉਹ ਗਾਣਾ ਲਿਖਿਆ ਸੀ ਦੇਵ ਰੂਪਾਣਾ ਬਾਈ ਨੇ। ਹੁਣ ਇਹ ਜਿਹੜਾ ਦੇਵ ਰੂਪਾਣਾ ਦਾ ਗਾਣਾ ਹੈ ਇਹ ਯੂਟਿਊਬ 'ਤੇ ਲਗਭਗ 4 ਲੱਖ ਤੋਂ ਜ਼ਿਆਦਾ ਵਿਊਜ਼ ਹੋ ਚੁੱਕੇ ਨੇ ਇਹਦੇ 'ਤੇ, ਅਤੇ ਇਸ ਗਾਣੇ 'ਤੇ ਕਾਫੀ ਸਾਰੀਆਂ ਰੀਲਾਂ ਬਣੀਆਂ ਸੀ, ਕਾਫੀ ਵਾਇਰਲ ਹੋਇਆ ਸੀ ਇਹ ਵਾਲਾ ਗਾਣਾ। ਗਾਣਾ ਚੱਲਿਆ ਵੀ ਬਹੁਤ ਹੈ, ਜੇ ਤਾਂ ਗਾਣਾ ਨਾ ਚੱਲਿਆ ਤਾਂ ਫਿਰ ਆਪਾਂ ਸ਼ਾਇਦ ਚੁੱਪ ਕਰਕੇ ਬਹਿ ਜਾਣਾ ਵੀ ਆਪਾਂ ਕੀ ਕ੍ਰੈਡਿਟ, ਜਾਂ ਆਪਾਂ ਫੇਮ ਲੈਣ ਦਾ ਕੋਈ ਚੱਕਰ ਹੀ ਨਹੀਂ। ਹੁਣ ਇਹਨਾਂ ਦੋਨਾਂ ਗਾਣਿਆਂ ਦੀ ਡੇਟ ਵੀ ਤੁਸੀਂ ਦੇਖ ਸਕਦੇ ਹੋ ਕਦੋਂ ਕਦੋਂ ਆਏ ਨੇ ਦੋਨੇ ਗਾਣੇ। ਉਸ ਤੋਂ ਬਾਅਦ ਦੇਵ ਰੂਪਾਣਾ ਦੇ ਇਸ ਗਾਣੇ ਦੀ ਵੀਡੀਓ ਦੇ ਥੱਲੇ ਲੋਕ ਕਮੈਂਟ ਕਰ ਰਹੇ ਨੇ, ਇਸ ਗਾਣੇ ਦੇ ਥੱਲੇ ਲਿਖ ਰਹੇ ਨੇ ਕਿ ਤੂੰ ਕਾਪੀ ਕੀਤਾ ਅਰਜਨ ਢਿੱਲੋਂ ਲੈ ਹਾਂ ਨੂੰ। ਇਸ ਤੋਂ ਬਾਅਦ ਦੇਵ ਰੂਪਾਣਾ ਨੇ ਵੀ ਕੁਝ ਗੱਲਾਂ ਕਹੀਆਂ ਨੇ ਅਰਜਨ ਢਿੱਲੋਂ ਨੂੰ, ਕਿਉਂਕਿ ਉਸ ਤੋਂ ਬਾਅਦ ਮੇਰੇ ਯੂਟਿਊਬ ਤੇ ਜਾਂ ਮੇਰੇ ਇੰਸਟਾਗ੍ਰam ਉੱਤੇ ਕਮੈਂਟ ਆਉਣ ਲੱਗੇ ਅਰਜਨ ਢਿੱਲੋਂ ਦੇ ਨਾਮ ਤੇ। ਅਰਜਨ ਢਿੱਲੋਂ ਬਾਈ ਦੇ ਦੁਨੀਆ ਵੀ ਨਾ ਤੁਹਾਡੀ ਕੁਝ ਵੀ ਕਰ ਦੇਗਾ, ਇਹ ਤਾਂ ਗਾਣਾ ਪਹਿਲਾਂ ਤਾਂ ਆ ਚੁੱਕਿਆ ਹੈ ਯਾਰ, ਕਮ ਔਨ ਮੈਨ, ਤੁਸੀਂ ਲਾਈਕ ਉਹਨੂੰ ਕਿਵੇਂ ਕਹਿ ਸਕਦੇ ਨੇ ਕਾਪੀ ਕਰੇ। ਹਾਂ ਗਾਣੇ ਦੇ ਵਿੱਚ ਕੁਝ ਲਿਰਿਕਸ ਇਦਾਂ ਸੀ ਕਿ ਮੈਂ ਗਲ ਦੇ ਵਿੱਚ ਮਾਲਾ ਪਾ ਲਵਾਂ, ਤੇ ਦੂਜੇ ਗਾਣੇ ਦੇ ਲਿਰਿਕਸ ਸੀ ਕਿ ਮੈਂ ਗਲ ਦੇ ਵਿੱਚ ਸੋਨੇ ਦੀਆਂ ਚੈਨਾਂ ਪਾਣੀਆਂ। ਇਸ ਤੋਂ ਇਲਾਵਾ ਵੀ ਕਾਫੀ ਸਾਰੀਆਂ ਲਾਈਨਾਂ ਸਿਮਿਲਰ ਨੇ, ਜਿਵੇਂ ਕਿ ਇੱਕ ਗਾਣੇ ਦੇ ਵਿੱਚ ਕਿਹਾ ਗਿਆ ਕਿ ਮੈਂ ਲਾਲ ਬੱਤੀ ਲਾਊਂਗਾ ਆਪਣੀ ਗੱਡੀ ਤੇ, ਇੱਕ ਗਾਣੇ 'ਚ ਕਿਹਾ ਕਿ ਪਾਇਲਟ ਗੱਡੀਆਂ ਮੂਹਰੇ ਹੋਣਗੀਆਂ। ਫਿਰ ਚੇਲਿਆਂ ਦੀ ਗੱਲ ਵੀ ਕੀਤੀ ਹੈ ਕਿ ਯਾਰ ਜਿਹੜੇ ਯਾਰ ਮੇਰੇ ਵਿਹਲੇ ਨੇ ਉਹਨਾਂ ਨੂੰ ਮੈਂ ਚੇਲੇ ਬਣਾ ਲੂੰਗਾ, ਇੱਦਾਂ। ਵਾਹ ਜਮਾ ਹੀ ਹੈ ਨਾ, ਮੈਚ ਹੋ ਰਿਹਾ ਦੇਖੋ ਕੁਦਰਤੀ। ਤੇ ਕੁਝ ਸੇਮ ਸਿਮਿਲਰ ਜੇ ਲਿਰਿਕਸ ਦੂਜੇ ਗਾਣੇ ਦੇ ਵਿੱਚ ਵੀ ਨੇ, ਮੈਂ ਤੁਹਾਨੂੰ ਸਾਰੇ ਲਿਰਿਕਸ ਸਮਝਾ ਨਹੀਂ ਸਕਦਾ, ਤੁਸੀਂ ਜਾ ਕੇ ਗਾਣੇ ਦੋਨੇ ਹੀ ਸੁਣ ਲਿਓ ਤੇ ਉਹਨਾਂ ਦੇ ਵਿੱਚ ਡਿਫਰੈਂਸ ਦੇਖ ਲਿਓ। ਗੱਡੀ ਤੇ ਬੱਤੀ ਲਾਉਂਗਾ, ਲਾਲ ਦੀ ਗੱਲ ਹੋਈ ਸੀ, ਉਹਨਾਂ ਨੇ ਪਾਇਲਟ ਗੱਡੀਆਂ ਗੱਲ ਕੀਤੀ, ਚੇਲਿਆਂ ਦੀ, ਡੇਰਿਆਂ ਦੀ, ਆਪਣੀ ਲਾਈਨ ਸੀ ਕਿ ਚੱਲ ਜਦੋਂ ਮੈਂ ਬਾਬਾ ਬਣਨਾ, ਉਹਨਾਂ ਦੀ ਲਾਈਨ ਸੀ ਬੀਬੀ ਮੇਰਾ ਜੀ ਕਰਦਾ ਮੈਂ ਕੋਈ ਬਾਹਾ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕੰਟਰੋਵਰਸੀ ਦੀ। ਦੇਖੋ ਦੇਵ ਰੂਪਾਣਾ ਦਾ ਇਹ ਕਹਿਣਾ ਹੈ ਕਿ ਮੇਰੇ ਜਿਹੜੇ ਗਾਣੇ ਤੇ ਕੰਟਰੋਵਰਸੀ ਹੋਈ ਸੀ ਪਹਿਲਾਂ, ਉਦੋਂ ਲੋਕਾਂ ਨੇ ਇਹ ਕਿਹਾ ਸੀ ਕਿ ਯਾਰ ਇਹ ਸਾਡੇ ਬਾਬੇ ਦੇ ਬਾਰੇ ਬੋਲ ਰਿਹਾ ਹੈ। ਜਦੋਂ ਗਾਣਾ ਆਇਆ ਨਾ, ਬਹੁਤ ਲੋਕ ਮੈਨੂੰ
ਕੁਝ ਲੋਕਾਂ ਨੂੰ ਇਹਨਾਂ ਦੇ ਲਿਰਿਕਸ ਵਧੀਆ ਨਹੀਂ ਲੱਗੇ ਸੀ, ਇਹ ਗਾਣਾ ਸਹੀ ਨਹੀਂ ਲੱਗਿਆ, ਤੇ ਉਹਨਾਂ ਨੇ ਆਪਣੇ ਬਾਬੇ ਤੇ ਗੱਲ ਲੈ ਲਈ ਕਿ ਇਹ ਸਾਡੇ ਬਾਬੇ ਨੂੰ ਬੋਲ ਰਿਹਾ। ਉਹਦੇ ਵਿੱਚ ਇਹ ਮੈਨੂੰ ਗੱਲਾਂ ਕਰ, ਤੂੰ ਸਾਡੇ ਆ ਬਾਬੇ ਬਾਰੇ ਬੋਲਿਆ, ਨਾਮ ਨਹੀਂ ਲਿਆ ਸੀ ਆਪਾਂ, ਪਖੰਡਵਾਦ ਦੀ ਗੱਲ ਕੀਤੀ, ਤੁਹਾਨੂੰ ਮਿਰਚਾਂ ਤਾਂ ਲੱਗੀਆਂ, ਤੁਹਾਡਾ ਗੁਰੂ ਪਖੰਡੀ ਲੱਗਦਾ, ਇਸ ਕਰਕੇ ਤੁਸੀਂ ਸਾਨੂੰ ਫੋਨ, ਜੇ ਤੁਹਾਨੂੰ ਪਤਾ ਤੁਹਾਡਾ ਗੁਰੂ ਪਖੰਡੀ ਬਾਈ ਤੁਸੀਂ ਫਿਰ ਜਾਣੇ ਕਾ ਤੋਂ। ਪਰ ਹੁਣ ਦੇਵ ਰੂਪਾਣਾ ਦਾ ਇਹ ਕਹਿਣਾ ਕਿ ਯਾਰ ਅਰਜਨ ਢਿੱਲੋਂ ਦਾ ਜਦੋਂ ਦਾ ਗਾਣਾ ਆਇਆ ਤੁਸੀਂ ਹੁਣ ਉਹਦੇ ਤੇ ਕਿਉਂ ਨਹੀਂ ਬੋਲ ਰਹੇ? ਕਹਿੰਦੇ ਸੀ ਵੀ ਮਾਫੀ ਮੰਗਣੀ ਹੋਵੇ, ਹੁਣ ਉਹ ਨਾਮੀ ਆਰਟਿਸਟ ਦਾ ਵੀ ਗਾਣਾ ਹੈ, ਉਹ ਤੋਂ ਵੀ ਮੰਗਾ ਕੇ ਦਿਖਾਇਓ ਨਾ, ਉਹਨਾਂ ਤਾਂ ਨਹੀਂ ਹੋਣਾ ਬਈ, ਅਗਲੇ ਟੀਮਾਂ ਵੱਡੇ ਉਹਨਾਂ ਨੂੰ ਪਤਾ ਹਜੇ ਨਵਾਂ ਨਵਾਂ ਬੰਦਾ ਉੱਡਦਾ ਨਾ। ਜੇਕਰ ਆਪਾਂ ਅਰਜਨ ਢਿੱਲੋਂ ਦੀ ਹੀ ਗੱਲ ਕਰੀਏ ਤਾਂ ਬਾਈ ਬਾਈ ਗਾਣੇ ਦੀ ਇੱਕ ਕੰਟਰੋਵਰਸੀ ਹੋਈ ਸੀ ਪਹਿਲਾਂ, ਚਲੋ ਇਹ ਤਾਂ ਪੁਰਾਣੀ ਕੰਟਰੋਵਰਸੀ ਹੈ ਤੁਸੀਂ ਸਾਰੇ ਜਾਣਦੇ ਹੋ, ਪਰ ਅਰਜਨ ਢਿੱਲੋਂ ਨੇ ਜਵਾਬ ਵੀ ਦਿੱਤਾ ਸੀ ਇਸ ਗੱਲ ਨੂੰ ਲੈ ਕੇ। ਕੀ ਆਇਆ ਸੀਗਾ ਬਾਈ ਬਾਈ ਉਸਦੇ ਨਾਲ ਦਾ ਇੱਕ ਰਾਂਦਾ ਮਿਲ ਦਾ ਗੀਤ ਵੀ ਰਿਲੀਜ਼ ਹੋਇਆ ਸੀਗਾ, ਉਸ ਤੇ ਬਹੁਤ ਸਾਰੀਆਂ ਗੱਲਾਂ ਹੋਈਆਂ, ਤੁਹਾਡਾ ਗੀਤ ਪਹਿਲਾਂ ਆਇਆ ਸੀ, ਉਹ ਗੀਤ ਬਾਅਦ ਵਿੱਚ ਆਇਆ। ਜਿਹੜਾ ਬੰਦਾ ਲਿਖਦਾ ਨਾ ਉਹ ਇੱਕ ਸਲੈਂਗ ਦੀ ਗੱਲ ਸੀ, ਬਾਈ ਬਾਈ ਐਂ ਨਹੀਂ ਸੀ ਕਿ ਮੈਂ ਇਨਵੈਂਸ਼ਨ ਕਰਤੀ ਸੀ, ਕੋਈ ਬਹੁਤ ਹੀ ਨਵੀਂ ਗੱਲ, ਬਹੁਤ ਆਮ ਗੱਲ ਸੀ, ਕੋਈ ਪਹਿਲਾਂ ਵੀ ਕਈ ਗਾਣੇ 'ਚ ਆਇਆ ਹੋਵੇ, ਸਾਡਾ ਵੀ ਬਣ ਗਿਆ ਸੀ, ਉੱਧਰੋਂ ਵੀ ਬਣ ਗਿਆ ਸੀ ਕੋਈ, ਪਰ ਸਾਡੇ ਦੋਹਾਂ ਟੀਮਾਂ 'ਚ ਕੋਈ ਇਹੋ ਜਿਹਾ ਵਿਗਾੜ ਨਹੀਂ ਸੀ, ਉਹ ਲੋਕ ਤੁਹਾਨੂੰ ਪਤਾ ਕਹਿਣ ਵਾਲੇ, ਉਹਨਾਂ ਨੇ ਮੁੱਦਾ ਵੱਡਾ। ਅਰਜਨ ਦੇ ਨਾ ਇੱਕ ਗੱਲ ਮੈਂ ਦੇਖੀ ਸ਼ੁਰੂ ਤੋਂ, ਹੀ ਇਜ਼ ਨੋਟ ਇਨ ਟੂ ਕੰਟਰੋਵਰਸੀ, ਲਾਈਕ ਕਿਸੇ ਵੀ ਤਰੀਕੇ ਨਾਲ ਉਹ ਬੰਦਾ ਆਪਣੀ ਜ਼ਿੰਦਗੀ ਜੀ ਰਿਹਾ, ਆਪਣੀ ਜ਼ਿੰਦਗੀ ਨਜ਼ਾਰੇ ਲੈ ਰਿਹਾ, ਗਾਣੇ ਕੱਢ ਰਿਹਾ, ਠੀਕ ਹੈ। ਅਰਜਨ ਦਾ ਪਤਾ ਕੀ ਚੱਕਰ, ਅਰਜਨ ਦੀ ਲਿਖਤ ਇੰਨੀ ਕੁ ਜ਼ਿਆਦਾ ਬੰਬ ਹੈ, ਇੰਨੀ ਕੁ ਜ਼ਿਆਦਾ ਬੰਬ ਹੈ। ਚਲੋ ਹਾਂ ਮੰਨਦਾ ਮੈਂ ਕਿ ਹਾਂ ਉੱਥੇ ਮੈਚਿੰਗ ਹੋ ਰਹੀ ਹੈ, ਹੋ ਹੀ ਸਕਦਾ ਕਈ ਵਾਰ ਬੰਦਾ ਇੰਸਪਾਇਰ ਹੋ ਜਾਵੇ, ਨੋਟ ਅ ਬਿਗ ਡੀਲ, ਠੀਕ ਹੈ। ਬਾਕੀ ਸਾਨੂੰ ਬਿਹਾਈਂਡ ਦੀ ਸਟੋਰੀ ਨਹੀਂ ਪਤਾ ਅਤੇ ਆਪਾਂ ਕਿਸੇ ਕੰਕਲੂਜਨ 'ਤੇ ਨਹੀਂ ਆਵਾਂਗੇ, ਪਰ ਇਹ ਗੱਲ ਆ ਕਿ ਹਾਂ ਯਾਰ ਕਿਸੇ ਨੂੰ ਲਾਈਕ ਰਾਈਟਰ ਯਾਰ ਉਹ ਬੰਦੇ ਦੇ ਗਾਣੇ ਇੰਨੇ ਕੁ ਕਮਾਲ ਦੇ ਹੈ, ਜਵਾਨੀ ਤੋਂ ਲੈ ਕੇ ਬੁਢਾਪੇ ਤੋਂ ਲੈ ਕੇ ਹਿਸਟਰੀ ਤੋਂ ਲੈ ਕੇ ਸਿੱਖੀ ਹਰ ਚੀਜ਼ ਉੱਤੇ ਉਹਨੇ ਗੱਲ ਕੀਤੀ ਹੈ, ਲਾਈਕ ਪੁਰਾਣੀ ਹਿਸਟਰੀ ਦੀ ਉਹਨੇ ਇੰਨੀ ਗੱਲ ਕਰ ਛੱਡੀ ਹੈ। ਦੇਖੋ ਦੇਵ ਰੂਪਾਣਾ ਦੇ ਪਹਿਲਾਂ ਵੀ ਕਾਫੀ ਗਾਣੇ ਆ ਚੁੱਕੇ ਨੇ ਅਤੇ ਹੁਣ ਇੱਕ ਰੀਸੈਂਟਲੀ ਗਾਣਾ ਆਇਆ ਖਲਨਾਇਕ ਨਾਮ ਤੋਂ। ਜੇਕਰ ਆਪਾਂ ਇਸ ਗਾਣੇ ਦੀ ਵੀ ਗੱਲ ਕਰੀਏ, ਦੇਵ ਰੂਪਾਣਾ ਦੇ ਵੱਲੋਂ ਇਸ ਖਲਨਾਇਕ ਗਾਣੇ ਦੇ ਵਿੱਚ ਵੀ ਰਿਪਲਾਈ ਕੀਤਾ ਗਿਆ ਕਿਸੇ ਸਿੰਗਰ ਨੂੰ। ਤੁਸੀਂ ਪਿੱਛੇ ਜੇ ਇੱਕ ਬਾਗੀ ਅਤੇ ਕਰਨ ਔਜਲਾ ਦੀ ਕੰਟਰੋਵਰਸੀ ਦੇਖ, ਹਾਏ ਇਹ ਤਾਂ ਆਪਣੇ ਨਾਲ ਥੰਬਨੇ ਲਾਓ, ਇਹ ਮੈਨੂੰ ਲੱਗਦਾ ਕੀ ਹੋਣੀ, ਵੈਸੇ ਕੰਟਰੋਵਰਸੀ ਨਹੀਂ ਸੀ, ਬਾਗੀ ਨੇ ਆਪਣੇ ਨਾਲ ਸ਼ਾਇਦ ਕਿਸੇ ਸਿੰਗਰ ਨੂੰ। ਤੁਸੀਂ ਪਿੱਛੇ ਜੇ ਇੱਕ ਬਾਗੀ ਅਤੇ ਕਰਨ ਔਜਲਾ ਦੀ ਕੰਟਰੋਵਰਸੀ ਦੇਖੀ ਹੋਣੀ, ਵੈਸੇ ਕੰਟਰੋਵਰਸੀ ਨਹੀਂ ਸੀ, ਬਾਗੀ ਨੇ ਆਪਣੇ ਗਾਣੇ ਦੇ ਵਿੱਚ ਜਵਾਬ ਦਿੱਤਾ ਸੀ ਇੱਕ ਤਰ੍ਹਾਂ ਦਾ, ਰਿਪਲਾਈ ਕੀਤਾ ਸੀ ਕਰਨ ਔਜਲਾ ਨੂੰ, ਅਤੇ ਸਿੱਧੂ ਬਾਈ ਦੀ ਸਪੋਰਟ ਕੀਤੀ ਸੀ। ਇਸ ਚੀਜ਼ ਤੋਂ ਬਾਅਦ ਕਾਫੀ ਲੋਕਾਂ ਨੇ ਵਿਰੋਧ ਕੀਤਾ ਸੀ ਅਤੇ ਕਾਫੀ ਲੋਕ ਨਾਲ ਸੀ ਬਾਗੀ ਦੇ। ਕਈਆਂ ਦਾ ਮੰਨਣਾ ਸੀ ਬਾਗੀ ਸਿਰਫ ਫੇਮ ਦੇ ਕਰਕੇ ਇਹ ਸਾਰੀਆਂ ਚੀਜ਼ਾਂ ਕਰ ਰਿਹਾ, ਕੁਝ ਜਿਹੜੇ ਸਿੱਧੂ ਬਾਈ ਦੇ ਚੋਣ ਵਾਲੇ ਨੇ ਉਹ ਕਹਿ ਰਹੇ ਸੀ ਕਿ ਇਹ ਸਿੱਧੂ ਬਾਈ ਦੀ ਸਪੋਰਟ ਕਰ ਰਿਹਾ। ਪਰ ਇਸ ਚੀਜ਼ 'ਤੇ ਮੈਂ ਵੀ ਇੱਕ ਵੀਡੀਓ ਬਣਾਈ ਸੀ ਕਿ ਯਾਰ ਸਪੋਰਟ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਦੂਜੇ ਨੂੰ ਨਿੰਦਣ ਲੱਗ ਜਾਈਏ, ਸਹੀ ਗੱਲ, ਦੂਜੇ ਆਰਟਿਸਟ ਨੂੰ ਮਾੜਾ ਬੋਲੀਏ। ਬਾਗੀ ਦਾ ਤਾਂ ਕੋਈ ਰੋਲ ਵੀ ਹੈ ਨਹੀਂ ਸੀ ਇਹਨਾਂ ਦੋਨਾਂ ਦੀ ਕੰਟਰੋਵਰਸੀ ਦੇ ਵਿੱਚ, ਯਾਨੀ ਕਿ ਸਿੱਧੂ ਬਾਈ ਅਤੇ ਕਰਨ ਔਜਲਾ ਦੀ ਜਿਹੜੀ ਕੰਟਰੋਵਰਸੀ ਸੀ ਉਹ ਕਰਨ ਔਜਲਾ ਨੇ ਪਹਿਲਾਂ ਹੀ ਦੱਸਤਾ ਕਿ ਉਹ ਕਲੀਅਰ ਹੋ ਚੁੱਕੀ ਸੀ, ਅਤੇ ਫਿਰ ਇੱਕ ਨਵਾਂ ਗਾਣਾ, ਹਾਂ ਨਾਲੇ ਕਰਨ ਨੇ ਇਕੱਲੇ ਲੈਣੀ, ਫਾਦਰ ਸਾਹਿਬ ਨੇ ਕਲੀਅਰ ਕਰਤੀ ਪਿੱਛੋਂ, ਲਾਈਕ ਜੇ ਆਪਾਂ ਹੋਰ ਪਿੱਛੇ ਜਾਈਏ ਥੋੜ੍ਹਾ ਜਿਹਾ, ਸਟੀਲ ਬੈਂਗਲਸ ਨੇ ਕਲੀਅਰ ਕਰਤੀ, ਜਿਹਨੇ ਸਟੀਲ ਬੈਂਗਲਸ ਉਹਨਾਂ ਦੀ ਟੀਮ ਦੇ ਬੰਦਾ ਸੀਗਾ ਇੱਕ ਬਾਈ ਹੋਰੀ, ਠੀਕ ਹੈ ਮੈਂ ਬਾਈ ਦਾ ਨਾਮ ਭੁੱਲ ਗਿਆ, ਯੂਕੇ ਤੋਂ ਹੀ ਹੈ, ਉਹਨੇ ਤੱਕ ਕਲੀਅਰ ਕਰਤਾ ਕਿ ਹਾਂ ਇਹਨਾਂ ਦੀ ਆਪਸ 'ਚ ਫੋਨ ਕਾਲ 'ਤੇ ਗੱਲ ਹੋ ਚੁੱਕੀ, ਰਿਲੀਜ਼ ਕਰਕੇ ਉਹਦੇ ਵਿੱਚ ਰਿਪਲਾਈ ਕਰਨਾ ਕਰਨ ਔਜਲੇ ਨੂੰ, ਅਤੇ ਸਿੱਧੂ ਬਾਈ ਦਾ ਨਾਮ ਲੈ ਕੇ ਰਿਪਲਾਈ ਕਰਨਾ, ਹੁਣ ਇਹ ਗੱਲ ਕਿੰਨੀ ਕੁ ਚੰਗੀ ਹੈ ਤੁਸੀਂ ਆਪ ਹੀ ਦੱਸੋ। ਹਾਂ ਇਹ ਚੀਜ਼ ਰਾਕੇ ਨੇ ਵੀ ਕੀਤੀ ਨਾ, ਰਾਕੇ ਨਹੀਂ, ਰਾਕੇ ਨੇ ਤਾਂ ਸਿੱਧੂ ਦਾ ਨਾਮ ਤਾਂ ਸਿੱਧੂ ਨੂੰ, ਬਲਕਿ ਉਹ ਤਾਂ ਸਿੱਧੂ ਦੇ ਖਿਲਾਫ ਵੀ ਹੋ ਗਿਆ ਸੀਗਾ। ਉਵੇਂ ਖਲਨਾਇਕ ਗਾਣੇ ਦੇ ਵਿੱਚ ਦੇਵ ਰੂਪਾਣਾ ਨੇ ਬਾਗੀ ਨੂੰ ਬੋਲਿਆ ਇੱਕ ਤਰ੍ਹਾਂ ਦੀ ਕਰਨ ਔਜਲਾ ਦੀ ਸਪੋਰਟ ਕੀਤੀ ਹੈ। ਲੜਾਈ ਕਿਸੇ ਦੀ ਚੋਂ ਫਿਰਦਾ ਜੋ ਫਾਇਦੇ ਤੱਕ ਦਾ, ਪਹੁੰਚਣ ਦੇ ਲਈ ਸਾ ਟੌਪ ਦੇ ਉੱਤੇ, ਪਰਾਉਣੇ ਆਪਣੇ ਦਾ ਰਹਿੰਦਾ ਹੁਣ ਨਾਮ ਰੱਟਦਾ। ਹੁਣ ਇੱਥੇ ਲਾਸਟ ਗੱਲ ਇਹ ਆਉਂਦੀ ਹੈ ਯਾਰ, ਵੇ ਨਾ ਕਲਾਕਾਰ ਕੁਝ ਵੀ ਲਿਖੀ ਜਾਂਦੇ, ਮੈਨੂੰ ਕਦੇ ਕਦੇ ਇੱਦਾਂ ਲੱਗਦਾ ਕਿ ਨਾ ਇੱਕ ਗਾਣਾ ਸੀ ਪਤਾ ਨਹੀਂ ਕਿੱਥੇ ਕਿ ਡੇਢ, ਜਦੋਂ ਅਸੀਂ ਇਕੱਠੇ ਹੁੰਦੇ ਸਾਡਾ ਗਰੁੱਪ ਡੇਢ ਕਿੱਲਿਆਂ 'ਚ ਇਕੱਠਾ ਹੁੰਦਾ, ਮਤਲਬ ਯਾਰ ਮੈਂ ਸੋਚਣ ਲੱਗ ਗਿਆ ਸੀ ਇੱਕ ਵਾਰੀ ਗੱਲ, ਪਤਾ ਨਹੀਂ ਸ਼ਾਇਦ ਕਿਹਦਾ ਗਾਣਾ ਸੀ, ਸ਼ਾਇਦ ਗੱਲ, ਚਲੋ ਨਾਮ ਕਾਹਨੂੰ ਲੈਣਾ ਕਿਸੇ ਆਰਟਿਸਟ ਦਾ, ਹੈ ਨਾ, ਮਤਲਬ ਤੁਹਾਨੂੰ ਪਤਾ ਲੱਗ ਗਈ ਗਾਣਾ ਕਿਹਦੇ ਗਾਣੇ 'ਚ ਲੈਣਾ, ਡੇਢ ਕਿੱਲੇ 'ਚ ਸਾਡਾ ਇਕੱਠ ਹੁੰਦਾ, ਮੈਂ ਸੋਚਣ ਡਿਆ ਸੀ ਜਸਟ ਕਿ ਜੇ ਮਤਲਬ ਸਮੋਸੇ ਹੀ ਕਰਨੇ ਹੋਣ ਸਾਰਿਆਂ ਵਾਸਤੇ, ਡੇਢ ਕਿੱਲੇ 'ਚ ਕਿੰਨਾ ਬੰਦਾ ਇਕੱਠਾ ਹੋ ਜੂਗਾ, ਹੈ ਹਜ਼ਾਰ ਪਲੱਸ ਬੰਦਾ ਹੋਇਆ ਇਕੱਠਾ, ਕਈ ਲੱਖਾਂ 'ਚ ਤੁਹਾਡੇ, ਹਜ਼ਾਰਾਂ 'ਚ ਤੁਹਾਡੇ ਪੈਸੇ ਲੱਗ ਜਾਣੇ ਸਮੋਸੇ ਗਵਾਉਣ 'ਤੇ ਕਿੱਲੇ, ਜੇ ਉੱਤੋਂ ਜੋ ਅਗਲੇ ਚਾਹ ਮੰਗ ਲਈ ਫਿਰ ਤਾਂ ਬਣ ਗਈ ਗੱਲ।
ਕਿ ਯਾਰ ਦੇਵ ਰੂਪਾਣਾ ਕੰਟਰੋਵਰਸੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਫੇਮ ਦੇ ਚੱਕਰ ਦੇ ਵਿੱਚ ਸਾਰੀਆਂ ਚੀਜ਼ਾਂ ਕਰ ਰਿਹਾ? ਟੂਰ ਕਰਿਆ ਕਰੂ ਵਿਦੇਸ਼ੀ, ਨਹੀਂ ਤੋਂ ਲਾਈਫ ਬਦਲਦੀ ਵੇਖੀ, ਨੋਟਾਂ ਦੇ ਆਉਣਗੇ ਭਰ ਭਰ ਗੱਪੇ, ਲੋਨ ਦੇ ਵਿੱਚ ਵੀ ਇੱਦਾਂ ਦੀ ਕੁਛ ਲੈਣਾ ਆ ਰਹੀਆਂ ਹਨਾ, ਵੀ ਹੁੱਕ ਲਾਈਨ ਤੋਂ ਲੈ ਕੇ ਕੋਈ ਚਾਰ ਪੰਜ ਚੀਜ਼ਾਂ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਵੀ ਸੇਮ ਹੋ ਰਹੀਆਂ। ਤਾਂ ਯਾਰ ਇਸ ਚੀਜ਼ ਦੇ ਵੀ ਦੋ ਪਹਿਲੂ ਨੇ, ਵੈਸੇ ਇੱਕ ਪਾਸੇ ਆਪਾਂ ਮੰਨ ਵੀ ਲਈਏ ਕਿ ਦੇਵ ਰੂਪਾਣਾ ਜਾਣ ਬੁੱਝ ਕੇ ਫੇਮ ਲੈਣ ਦੀ ਕੋਸ਼ਿਸ਼ ਕਰ ਰਿਹਾ, ਪਰ ਦੂਜੇ ਪਾਸੇ ਦੇਵ ਰੂਪਾਣਾ ਦਾ ਇਹ ਵੀ ਕਹਿਣਾ ਸੀ ਕਿ ਯਾਰ ਮੈਨੂੰ ਕੋਈ ਚੱਕਰ ਨਹੀਂ ਕਿ ਅਰਜਨ ਢਿੱਲੋਂ ਦਾ ਗਾਣਾ ਆਇਆ, ਕਿਉਂਕਿ ਅਰਜਨ ਢਿੱਲੋਂ ਇੱਕ ਵਧੀਆ ਮੁਕਾਮ ਤੇ ਹੈ, ਪਰ ਉਹਦਾ ਕਹਿਣਾ ਸੀ ਕਿ ਮੈਨੂੰ ਗੁੱਸਾ ਉਦੋਂ ਆਇਆ ਜਦੋਂ ਕਮੈਂਟਾਂ ਦੇ ਵਿੱਚ ਅਰਜਨ ਢਿੱਲੋਂ ਦਾ ਨਾਮ ਲੈ ਰਹੇ ਆ। ਉਹ ਤਾਂ ਆਰਟਿਸਟ ਨੂੰ ਗੁੱਸਾ ਆਉਂਦਾ ਹੀ ਹੈ ਯਾਰ, ਨਾਲੇ ਉਹਦਾ ਗਾਣਾ ਪਹਿਲਾਂ ਰਿਕਾਰਡ ਹੋਇਆ, ਰਿਲੀਜ਼ ਕੀਤਾ ਉਹਨੇ। ਹੁਣ ਇਹ ਤਾਂ ਚਲੋ ਆਪਾਂ ਨੂੰ ਨਹੀਂ ਪਤਾ ਕਿ ਅਰਜਨ ਨੇ ਗਾਣਾ ਕਦੋਂ ਲਿਖਿਆ, ਕਦੋਂ ਇਹ ਗਾਣਾ ਬਣਿਆ ਸੀਗਾ, ਠੀਕ ਹੈ, ਬਿਹਾਈਂਡ ਦ ਸਟੋਰੀ ਸਾਨੂੰ ਨਹੀਂ ਪਤਾ ਕਿ ਕੌਣ ਸਹੀ ਹੈ ਕੌਣ ਗਲਤ ਹੈ, ਕੀ ਚੀਜ਼ ਹੈ, ਕਿਉਂਕਿ ਗਾਣਾ ਲੀਕ ਹੋਇਆ ਨਾ, ਕੀ ਪਤਾ ਪਹਿਲਾਂ ਦੇਵ ਨੇ ਸੁਣ ਲਿਆ ਹੋਵੇ, ਕੀ ਪਤਾ ਉਹਨੇ ਕਰ ਲਿਆ ਹੋਵੇ, ਕੀ ਪਤਾ ਦੇਵ ਦਾ ਪਹਿਲਾਂ ਹੋਵੇ ਅਰਜਨ ਨੇ ਬਾਅਦ 'ਚ ਲਿਖਿਆ, ਕੁਝ ਵੀ ਨਹੀਂ ਹੋ ਸਕਦਾ, ਕਿਸੇ ਤੋਂ ਕੋਈ ਆਪਸ 'ਚ ਗੱਲ ਹੋਵੇ ਹੀ ਨਾ। ਦੇਖੋ ਦੋਵੇਂ 'ਚ ਟੋਨਸ ਆਪਾਂ ਦੇਖੀਏ ਗਲਤ, ਅਤੇ ਉਹ ਗੱਲ ਇੱਕ ਵਾਰ ਦੋਵਾਂ ਦੀ ਠੀਕ ਆ। ਦੇਖੋ ਜਦੋਂ ਬਾਬਾ ਬਣਦਾ ਬੰਦਾ ਕੀ ਹੁੰਦਾ, ਪਾਇਲਟ ਗੱਡੀਆਂ ਅੱਗੇ ਪਿੱਛੇ ਹੁੰਦੀਆਂ ਨੇ, ਠੀਕ ਹੈ, ਨਜ਼ਾਰੇ ਲੈਂਦਾ ਬੰਦਾ, ਯਾਰ ਦੋਸਤਾਂ ਨੇ ਬਿਠਾ ਲੈਂਦਾ, ਉਹ ਸਹੇਲੀ ਨੂੰ ਵੀ ਉਹਨੇ ਗੱਲ ਕਹੀ ਹੈ ਕਿ ਤੂੰ ਵੀ ਕਹਿ ਦੀ ਕਿ ਹਾਂ ਬੱਚਾ ਹੋਊਗਾ, ਠੀਕ ਹੈ, ਪੁੜੀ ਫੜਾ ਦੀ, ਸੋ ਕਰ ਦਿੰਦਾ ਹੀ ਹੈ ਨਾ ਬਾਬੇ। ਫੇਮ ਲੈਣ ਦਾ ਚੱਕਰ ਹੈ ਨਹੀਂ, ਤੇ ਨਾ ਆਪਾਂ ਨੂੰ ਆਪਾਂ ਬਾਈ ਨੂੰ ਕੋਈ ਗਲਤ ਸ਼ਬਦ ਕਹਿੰਦੇ ਹਾਂ, ਬਸ ਮੈਂ ਤਾਂ ਲੋਕਾਂ ਦੇ ਥਰੂ, ਕਿਉਂਕਿ ਇਕੱਲੇ ਇਕੱਲੇ ਨੂੰ ਮੈਂ ਨਹੀਂ ਦੱਸ ਸਕਦਾ ਨਾ ਵੀ ਮੇਰਾ ਗਾਣਾ, ਮੈਂ ਇਹ ਗੱਲ ਕਹਿ ਰਿਹਾ ਵੀ ਪਹਿਲਾਂ ਤੇ ਗਾਣਾ ਮੈਂ ਰਿਲੀਜ਼ ਕੀਤਾ ਵੀ ਮੈਨੂੰ ਨਾ ਆਏਗਾ ਵੀ ਮੈਂ ਉਹ ਚੀਜ਼ ਨਾਲ ਰਲਾਈ ਹੋਈ ਆ। ਜੇਕਰ ਆਪਾਂ ਇਸ ਬਾਬਾ ਗਾਣੇ ਦੀ ਹੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਜਿਹੜੇ ਲਿਰਿਕਸ ਨੇ ਉਹ ਇੱਕ ਹਿਸਾਬ ਦਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਪਖੰਡੀ ਬਾਬੇ ਹੁੰਦੇ ਨੇ ਉਹਨਾਂ ਦੇ ਕੋਲ ਕਿੰਨੀ ਸਿਕਿਉਰਿਟੀ ਹੁੰਦੀ ਹੈ, ਕਿੰਨੇ ਵਿਹਲੇ ਹੁੰਦੇ ਨੇ ਤੇ ਕਿੰਨੇ ਨੋਟ ਛਾਪਦੇ ਨੇ। ਦੇਖੋ ਕਈ ਵਾਰ ਇਹ ਹੋ ਜਾਂਦਾ ਕਿ ਲਿਰਿਕਸ ਜਿਹੜੇ ਹੁੰਦੇ ਨੇ ਉਹ ਵੈਸੇ ਹੀ ਮੈਚ ਹੋ ਜਾਂਦੇ ਨੇ ਇੱਕ ਦੂਜੇ ਦੇ ਨਾਲ, ਕਈ ਵਾਰੀ ਕਿਸੇ ਰਾਈਟਰ ਦੇ ਦਿਮਾਗ ਦੇ ਵਿੱਚ ਆਈਡੀਆ ਹੁੰਦਾ ਪਹਿਲਾਂ ਤੋਂ ਹੀ ਇਦਾਂ ਦੀ ਕੁਛ ਚੀਜ਼ ਬਣਾਉਣ ਦਾ, ਤੇ ਇਸ ਦੇ ਨਾਲ ਹੀ ਜਿਹੜਾ ਇਹ ਮੁੱਦਾ ਇਹ ਪੰਜਾਬ ਦੇ ਵਿੱਚ ਚੱਲ ਹੀ ਰਿਹਾ। ਆ ਡੇਰਿਆਂ 'ਚ ਬਾਬਿਆਂ 'ਚ ਕੁਛ ਨਹੀਂ ਪਿਆ, ਪੰਜਾਬ ਦਾ ਘਾਣ ਕਰਤਾ ਇਹਨਾਂ ਗੱਲਾਂ ਨੇ, ਸਾਨੂੰ ਕਿਸੇ ਹੋਰ ਹੀ ਰਾਹ ਤੇ ਲੈ ਗਏ ਤੇ ਲੋਕ ਬਿਨਾ। ਯਾਰ ਯਾਰ ਦੀਪ ਬਾਈ ਦੀ ਯਾਰ ਉਹ ਬੰਦੇ ਦੀ ਬੜੀ ਯਾਦ ਆਉਂਦੀ ਹੈ ਯਾਰ, ਉਹਨੂੰ ਤਾਂ ਜਮਾਂ ਹੀ ਕਾਰ ਐਕਸੀਡੈਂਟ ਬਣਾ ਕੇ ਰੱਖਤਾ ਯਾਰ। ਸੋਚੇ ਸਮਝੇ ਪਖੰਡੀ ਬਾਬਿਆਂ ਦੇ ਪਿੱਛੇ ਲੱਗ ਰਹੇ ਨੇ, ਇਸ ਚੀਜ਼ ਤੇ ਅੱਜ ਨਹੀਂ ਪਹਿਲਾਂ ਤੋਂ ਵੀ ਗਾਣੇ ਬਣਦੇ ਆਏ ਨੇ, ਪਰ ਇਹ ਜਿਹੜੇ ਦੋ ਗਾਣੇ ਨੇ ਇਹ ਥੋੜਾ ਡਿਫਰੈਂਟ ਵੇ ਦੇ ਨਾਲ ਲਿਖੇ ਗਏ ਸੀ, ਕਿਉਂਕਿ ਜਿਹੜੇ ਪਹਿਲਾਂ ਗਾਣੇ ਇਹ ਥੋੜਾ ਇਸ ਤਰੀਕੇ ਨਾਲ ਸੀ ਨਾ ਸਰਕਾਸਟਿਕ ਵਿੱਚ ਕਿ ਅਸੀਂ ਵੀ ਬਣ ਜਾਂਦੇ ਹਾਂ, ਅਸੀਂ ਚਾਰ ਪੈਸੇ ਲੁੱਟੇ ਉਸ ਤਰੀਕੇ ਆਏ ਨੇ ਪਖੰਡੀ ਬਾਬਿਆਂ ਤੇ, ਉਹਨਾਂ ਵਿੱਚ ਸਾਫ਼ ਸਾਫ਼ ਦੱਸਿਆ ਗਿਆ ਸੀ ਕਿ ਤੁਸੀਂ ਪਖੰਡੀ ਬਾਬਿਆਂ ਦੇ ਪਿੱਛੇ ਨਾ ਲੱਗੋ। ਇਹਨਾਂ ਗਾਣਿਆਂ ਦੇ ਲਿਰਿਕਸ ਦੇ ਵਿੱਚ ਇੱਕ ਇਨਸਾਨ ਅਮਨ ਦੀ ਨਸ਼ੇ ਤੇ ਲਾਉਂਦੇ, ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿਹਦੇ ਵਾਸਤੇ ਕਹੀ ਗਈ ਹੈ ਗੱਲ, ਖੁਦ ਕਹਿ ਰਿਹਾ ਕਿ ਮੈਂ ਕਿੰਨਾ ਵਿਹਲਾ ਤੇ ਮੈਂ ਹੁਣ ਬਾਬਾ ਬਣ ਜਾਵਾਂ, ਤਾਂ ਕਿ ਮੈਂ ਵਿਦੇਸ਼ਾਂ ਦੇ ਵਿੱਚ ਟੂਰ ਕਰਿਆ ਕਰੂੰਗਾ, ਮੈਂ ਪਖੰਡ ਫੈਲਾਇਆ ਕਰੂੰਗਾ, ਲੋਕ ਮੇਰੇ ਆਸੇ ਪਾਸੇ ਹੋਣਗੇ, ਯਾਨੀ ਕਿ ਇੱਕ ਤਰ੍ਹਾਂ ਦਾ ਜਵਾਬ ਹੀ ਦਿੱਤਾ ਗਿਆ ਇਸ ਗਾਣੇ ਦੇ ਵਿੱਚ ਉਹਨਾਂ ਬਾਬਿਆਂ ਨੂੰ ਤੇ ਉਹਨਾਂ ਲੋਕਾਂ ਨੂੰ ਜਿਹੜੇ ਬਾਬੇ ਦੇ ਪਿੱਛੇ ਪੈਂਦੇ ਨੇ। ਵੈਸੇ ਮੈਂ ਇਸ ਵੀਡੀਓ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਮੈਂ ਕਿਸੇ ਦਾ ਪੱਖ ਨਾ ਲਵਾਂ ਤੇ ਮੈਂ ਅਨਬਾਇਸਡ ਰਹਿ ਕੇ ਇਹ ਵੀਡੀਓ ਬਣਾਵਾਂ, ਮੈਂ ਤੁਹਾਡੇ ਸਾਹਮਣੇ ਉਹ ਸਾਰੀਆਂ ਚੀਜ਼ਾਂ ਰੱਖਤੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ, ਤੁਸੀਂ ਆਪ ਇਹਨਾਂ ਸਾਰੀਆਂ ਚੀਜ਼ਾਂ 'ਚ ਡਿਫਰੈਂਸ ਦੇਖ ਸਕਦੇ ਹੋ, ਹੁਣ ਤੁਸੀਂ ਆਪ ਡਿਸਾਈਡ ਕਰ ਸਕਦੇ ਹੋ ਕੀ ਸਹੀ ਹੈ ਤੇ ਕੀ ਗਲਤ ਹੈ। ਬਾਕੀ ਫਿਰ ਵੀ ਜੇ ਕੁਝ ਬੋਲਿਆ ਗਿਆ ਬਿਲਕੁਲ ਠੀਕ ਗੱਲ ਆ, ਠੀਕ ਆ, ਨਹੀਂ ਸੁੱਖ ਕੋਈ ਚੱਕਰ ਵਾਲੀ ਗੱਲ ਨਹੀਂ। ਪਤਾ ਕੀ ਆ, ਆਪਾਂ ਕਿਸੇ ਕੰਕਲੂਜਨ ਤਾਂ ਨਿਕਲ ਹੀ ਨਹੀਂ ਸਕਦੇ ਜਦੋਂ ਸਾਨੂੰ ਦੋਹਾਂ 'ਚੋਂ ਕੋਈ ਇੱਕ ਆਰਟਿਸਟ ਨੂੰ ਅਸੀਂ ਨਹੀਂ ਜਾਣਦੇ, ਠੀਕ ਆ। ਹੁਣ ਜਾਂ ਤਾਂ ਦੇਵ ਦਿਖਾ ਦੇਵੇ ਕਿ ਹਾਂ ਸਾਲ ਦੋ ਸਾਲ ਪਹਿਲਾਂ ਉਹਨੇ ਲਿਖਿਆ ਸੀ ਗਾਣਾ, ਜਾਂ ਅਰਜਨ ਨੂੰ ਤਾਂ ਦਿਖਾ ਦੇ ਕਿ ਮੈਂ ਖਾਸੇ ਟਾਈਮ ਪਹਿਲਾਂ ਲਿਖੋ। ਚੀਜ਼ ਸਿਰਫ ਇੱਕੋ ਹੀ ਆ ਕਿ ਕਈ ਵਾਰੀ ਇਹ ਚੀਜ਼ਾਂ ਹੋ ਜਾਂਦੀਆਂ ਨੇ ਅਚਾਨਕ ਚੇਤ, ਠੀਕ ਆ। ਹੁਣ ਬਹੁਤ ਐਸੇ ਗਾਣੇ ਨੇ ਹਥਿਆਰਾਂ 'ਤੇ ਜਾਂ ਚੀਜ਼ਾਂ 'ਤੇ, ਠੀਕ ਹੈ, ਜਿਹੜੀਆਂ ਐਗਜੈਕਟ ਸੇਮ ਹੋ ਜਾਂਦੀਆਂ ਚੀਜ਼ਾਂ, ਨੋਟ ਅ ਬਿਗ ਡੀਲ ਸੇਮ, ਕਿਉਂਕਿ ਦੁਨੀਆਂ 'ਚ ਸੇਮ ਹੀ ਚੀਜ਼ ਚੱਲ ਰਹੀ ਆ ਨਾ, ਤਾਂ ਸੇਮ ਚੀਜ਼ ਲਿਖੀ ਜਾਊਗੀ ਉਸ ਟੋਪਿਕ ਦੇ ਉੱਤੇ। ਜਦੋਂ ਟੋਪਿਕ ਇੱਕ ਵਾਈਡਲੀ ਸਪਰੈਡ ਟੋਪਿਕ ਹੁੰਦਾ ਨਾ, ਉਹਦੇ 'ਤੇ ਕੀ ਹੁੰਦਾ ਸੇਮ ਤਰੀਕੇ ਦੀ ਗੱਲ ਲਿਖ ਹੋ ਜਾਂਦੀ ਆ, ਅਤੇ ਉਹ ਵੱਡੀ ਗੱਲ ਨਹੀਂ। ਬਾਕੀ ਗੋਡ ਨੋਜ਼। ਸਤਿ ਸ਼੍ਰੀ ਅਕਾਲ।